ਸ਼ਾਹਕੋਟ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ਅਤੇ ਲੋਕਾਂ ਦੇ ਘਰਾਂ ਵਿੱਚ ਵੜਨ ਕਾਰਨ ਸ਼ਾਹਕੋਟ ਦੀ ਜੈਨ ਕਲੋਨੀ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਹੋਰ ਤਾਂ ਹੋਰ, ਇਸ ਕਲੋਨੀ ਵਿੱਚ ਪਟਵਾਰਖਾਨਾ ਅਤੇ ਸੇਵਾ ਕੇਂਦਰ ਹੋਣ ਕਾਰਨ ਮੁਲਾਜ਼ਮਾਂ ਤੇ ਕੰਮ ਕਰਵਾਉਣ ਆਏ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਦੇ ਬਾਵਜੂਦ ਨਗਰ ਪੰਚਾਇਤ ਸ਼ਾਹਕੋਟ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਪਾਸੇ ਧਿਆਨ ਤੱਕ ਨਹੀਂ ਦੇ ਰਹੇ। ਕਲੋਨੀ ਵਾਸੀ ਕਸ਼ਮੀਰ ਸਿੰਘ, ਕਰਮ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਪਿਛਲੇ ਕਰੀਬ 2 ਸਾਲ ਤੋਂ ਸੀਵਰੇਜ ਬੰਦ ਹੋਣ ਕਾਰਨ ਸਾਰੇ ਸ਼ਹਿਰ ਦਾ ਗੰਦਾ ਪਾਣੀ ਉਨ੍ਹਾਂ ਦੀਆਂ ਗਲੀਆਂ, ਸੜਕਾਂ ਅਤੇ ਘਰਾਂ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਉਨ੍ਹਾਂ ਵੱਲੋਂ ਕਈ ਵਾਰ ਨਗਰ ਪੰਚਾਇਤ ਸਮੇਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਕਿਸੇ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਬਹੁਤ ਸਾਰੇ ਖਾਲੀ ਪਲਾਟ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਆਸ ਪਾਸ ਦੇ ਘਰਾਂ ਦੀਆਂ ਨੀਹਾਂ ਵਿੱਚ ਪਾਣੀ ਪੈਣ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆਉਣ ਲੱਗ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਸਾਰਾ ਦਿਨ ਸੀਵਰੇਜ ਦਾ ਗੰਦਾ ਪਾਣੀ ਬਦਬੂ ਫਿਲਾ ਰਿਹਾ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਕਾਰਨ ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਅਤੇ ਖ਼ਾਸ ਕਰ ਬਰੁਜ਼ਗਾਰ ਨੂੰ ਤਾਂ ਲੰਗ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਨਗਰ ਪੰਚਾਇਤ ਦੀ ਕਮੇਟੀ ਦੀ ਮਿਆਦ ਖਤਮ ਹੋਈ ਹੈ, ਉਸ ਦਿਨ ਤੋਂ ਪਾਣੀ ਦੀ ਸਮੱਸਿਆ ਹੋਰ ਵੀ ਵੱਧ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਧਰਨਾ ਦਿੱਤਾ ਜਾਵੇਗਾ, ਉੱਥੇ ਹੀ ਨਗਰ ਪੰਚਾਇਤ ਚੋਣਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ, ਤਾਰਾ ਸਿੰਘ, ਮਹਿੰਦਰ ਕੌਰ, ਜਸਵਿੰਦਰ ਸਿੰਘ, ਮਨਦੀਪ ਕੌਰ, ਸਾਗਰ ਸਲਹੋਤਰਾ, ਸੰਦੀਪ ਸਿੰਘ, ਸੁਖਦੇਵ ਸਿੰਘ, ਗੁਰਿੰਦਰ ਸਿੰਘ, ਮਨਜੀਤ ਕੌਰ, ਬਲਵੰਤ ਸਿੰਘ, ਜਗਦੀਸ਼ ਸਿੰਘ, ਸਾਜਨਪ੍ਰੀਤ ਸਿੰਘ, ਸੁਰਜੀਤ ਕੌਰ, ਡਾਕਟਰ ਮਰਵਾਹਾ, ਸੋਨੇ ਭਾਰਤੀ, ਜਸਵੀਰ ਸਿੰਘ ਆਦਿ ਕਲੋਨੀ ਵਾਸੀ ਹਾਜ਼ਰ ਸਨ। ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀ ਕੇ ਸ਼ਾਹਕੋਟੀ ਅਨਿਲ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਾਪੂ ਜੀ, ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਕਸ਼ਮੀਰ ਸਿੰਘ ਹੈ ਜੀ। ਹਾਂਜੀ, ਕੀ ਹਾਲਾਤ ਨੇ ਤੁਹਾਡੀ ਕਲੋਨੀ? ਹਾਲਾਤ ਬਹੁਤ ਮਾੜੇ ਆ ਜੀ, ਮੈਂ ਜੈਨ ਕਲੋਨੀ ਦਾ ਰਹਿਣ ਵਾਲਾ। ਉਹ ਪਾਣੀ ਵੇਖ ਲਓ, ਇੰਨੀ ਬਦਬੂ ਮਾਰਦਾ ਜਿਹਦਾ ਕੋਈ ਹਿਸਾਬ ਨਹੀਂ ਆ। ਸਾਡੇ ਘਰਾਂ ਦੇ ਅੰਦਰ ਵੜਨ ਨੂੰ ਪਾਣੀ ਤਿਆਰ ਆ। ਉਹ ਪਹਿਲਾਂ ਕਿਸੇ ਕਮੇਟੀ ਨੇ ਕੋਈ ਧਿਆਨ ਨਹੀਂ ਦਿੱਤਾ, ਨਾ ਕਿਸੇ ਅਫਸਰ ਨੇ ਦਿੱਤਾ ਵਾ, ਅਤੇ ਬਾਕੀ ਰਹਿੰਦੀ ਖੂੰਹਦੀ ਕਸਰ ਕਰਦੀ, ਅਤੇ ਹੁਣ ਕਮੇਟੀ ਭੰਗ ਹੋ ਗਈ ਆ ਅਤੇ ਕੋਈ ਕੰਮ ਨਹੀਂ ਕਰਦਾ। ਅਤੇ ਅਸੀਂ ਤਾਂ ਪਾਣੀ 'ਚ ਡੁੱਬੇ ਪਏ, ਸਾਡੇ ਬਹੁਤ ਹਾਲਾਤ ਮਾੜੇ ਆ। ਇਹਨਾਂ ਨੂੰ ਵੇਖ ਕੇ ਤਾਂ ਠੀਕ ਕੀਤਾ ਜਾ, ਨੀਹਾਂ ਦੇ ਵਿੱਚ ਪਾਣੀ ਜਾਣ ਡਿਆ ਅਤੇ ਗਟਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਤੇ ਸਾਰੇ ਪਲਾਟਾਂ ਦੇ ਵਿੱਚ ਭਰਿਆ ਹੋਇਆ। ਇਹ ਜੀ ਦੇ ਤਾਂ 1.5-2 ਸਾਲ ਤੋਂ ਚੱਲ ਰਿਹਾ, ਪਰ ਕੋਈ ਧਿਆਨ ਹੀ ਨਹੀਂ ਦੇ ਰਿਹਾ। ਨਹੀਂ, ਜਦੋਂ ਵੋਟਾਂ ਸਮੇਂ ਤੁਹਾਡੇ ਕੋਲ ਆਉਂਦੇ ਨੇ ਤਾਂ ਕੀ ਗੱਲਬਾਤ? ਅਸੀਂ ਬਹੁਤ ਕੁਛ ਕਹਿੰਦੇ ਹਾਂ, ਹਾਂ ਜੀ ਕਰਦੇ ਹਾਂ ਜੀ, ਕਰ ਦਿੰਦੇ ਹਾਂ ਜੀ, ਹੁਣ ਤੋਂ ਬਾਅਦ 'ਚ ਕੋਈ ਨਹੀਂ ਕਰਦਾ ਜੀ। ਹਾਂਜੀ, ਤੁਸੀਂ ਹੁਣ ਜਿਹੜਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਜਿਹੜੇ ਸੀਵਰੇਜ ਹੈ ਇਹਨੂੰ ਵੇਖਿਆ ਜਾਵੇ, ਅਤੇ ਸਾਡੇ ਜਿਹੜੀ ਜੈਨ ਕਲੋਨੀ ਦਾ ਕੁਛ ਨਾ ਕੁਛ ਹੱਲ ਕੀਤਾ ਜਾਵੇ, ਨਹੀਂ ਤਾਂ ਸਾਡੇ ਵਿੱਚ ਬਹੁਤ ਜ਼ਿਆਦਾ ਪਾਣੀ ਬਹੁਤ ਗੰਦਾ ਵਾ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਆ। ਜੇ ਸਮੱਸਿਆ ਨਹੀਂ ਹੱਲ ਹੁੰਦੀ ਅੱਗੇ ਵੋਟਾਂ ਆ ਰਹੀਆਂ, ਹਾਂ ਜੇ ਸਮੱਸਿਆ ਨਹੀਂ ਹੱਲ ਹੁੰਦੀ ਤਾਂ ਫਿਰ ਅਸੀਂ ਵੋਟਾਂ ਦੇ ਵਿੱਚ ਕੁਛ ਨਾ ਕੁਛ ਫਿਰ ਕਿਸੇ ਹੋਰ ਬੰਦਿਆਂ ਨੂੰ ਚੁਗਾਂਗੇ, ਕੁਛ ਨਾ ਕੁਛ ਕਰਾਂਗੇ। ਹਾਂਜੀ ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਕਰਮ ਸਿੰਘ ਹੈ ਜੀ। ਹਾਂਜੀ, ਕੀ ਸਮੱਸਿਆ ਆ ਰਹੀ ਜੀ ਤੁਹਾਨੂੰ? ਸਮੱਸਿਆ ਦੇਖ ਲਓ ਜੀ, ਪਾਣੀ ਕਿੱਦਾਂ ਸਾਡੇ ਨੀਹਾਂ 'ਚ ਪੈ ਰਿਹਾ ਵਾ। ਇਹ ਬਹੁਤ ਦਿਨਾਂ ਦੇ ਅਸੀਂ ਬੜੇ ਤਕਲੀਫ ਦੇ ਵਿੱਚ ਹਾਂ। 7-8 ਵਾਰੀ ਅਸੀਂ ਐਪਲੀਕੇਸ਼ਨ ਲੈ ਕੇ ਟਾਊਨ ਕਮੇਟੀ ਵੀ ਜਾ ਚੁੱਕੇ ਹਾਂ, ਸਾਡੀ ਕੋਈ ਸੁਣਵਾਈ ਹੁੰਦੀ ਨਹੀਂ ਆ। ਅਸੀਂ ਉੱਥੇ ਗਏ ਹਾਂ, ਵੱਡੀ ਤਹਿਸੀਲੀ ਵੀ ਗਏ, ਐਸ ਡੀ ਓ ਦੇ ਦਫ਼ਤਰ ਵੀ ਗਏ ਹਾਂ, ਲੇਕਿਨ ਕਦੀ ਐਸ ਡੀ ਓ ਹੁੰਦਾ ਕਦੀ ਨਹੀਂ ਹੁੰਦਾ, ਸਾਨੂੰ ਮੁੜ ਕੇ ਆਉਣਾ ਪੈਂਦਾ। ਅਤੇ ਇੱਥੇ ਦੇਖੋ ਜੀ, ਹੁਣ ਪਾਣੀ ਸੜ ਰਿਹਾ ਤਾਂ ਡੇਂਗੂ ਪੈਦਾ ਹੋ ਰਿਹਾ ਵਾ। ਸਾਡੇ ਬੱਚੇ ਇੱਥੇ ਘੁੰਮਦੇ ਰਹਿੰਦੇ, ਡੇਂਗੂ ਬੁਖਾਰ ਵੀ ਸਾਡੇ ਬੱਚਿਆਂ ਨੂੰ ਹੋ ਸਕਦਾ। ਅਤੇ ਸਾਡੇ ਘਰ ਦੇ, ਖਾਸ ਕਰਕੇ ਮੇਰਾ ਘਰ ਦੇਖ ਲਓ ਜੀ, ਆ ਮੇਰੇ ਘਰ ਦੇ ਬਿਲਡਿੰਗ ਦੇ ਪਿਛਲੇ ਪਾਸੇ ਪਾਣੀ ਜਿੱਦਾਂ ਨਹਿਰ ਹੁੰਦੀ ਆ, ਅਤੇ ਇਹ ਨਹਿਰ ਦਾ ਪਾਣੀ ਮੇਰੇ ਨੀਂਹ ਦੇ ਵਿੱਚ ਪੈਂਦਾ, ਮੇਰੇ ਘਰ ਦੇ ਨੀਂਹ ਦੇ ਵਿੱਚ। ਅਸੀਂ ਬਹੁਤ ਤਕਲੀਫ ਵਿੱਚ ਹਾਂ। ਸਰਕਾਰ ਮੋਹਰੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਇਹ ਸੁਣਵਾਈ ਹੋਈ ਜਾਵੇ ਅਤੇ ਸਾਡਾ ਮਸਲਾ ਇਹ ਹੱਲ ਕੀਤਾ ਜਾਵੇ। ਅਤੇ ਜੇ ਸਾਡਾ ਮਸਲਾ ਨਾ ਹੱਲ ਹੋਇਆ, ਅਸੀਂ ਇਹ ਧਰਨਾ ਵੀ ਲਾਵਾਂਗੇ ਤਾਂ ਅੱਗੇ ਦਾ ਸਟੈਪ ਵੀ ਲਵਾਂਗੇ। ਹਾਂ, ਫਿਰ ਸਾਨੂੰ ਸਰਕਾਰ ਕਹਿ ਨਹੀਂ ਸਕਦੀ ਕਿ ਤੁਸੀਂ ਇੱਦਾਂ ਕਿਉਂ ਕੀਤਾ, ਕਿਉਂਕਿ ਅਸੀਂ ਹੁਣ ਇੰਨੀ ਤਕਲੀਫ ਦੇ ਵਿੱਚ ਹਾਂ। ਤਾਂ ਲੰਘਣ ਵਾਸਤੇ ਵੀ ਦੇਖ ਲਓ, ਪਾਣੀ ਹੁਣ ਸੜ ਰਿਹਾ, ਕਾਲਾ ਹੋ ਗਿਆ, ਲੰਘਣ ਵਾਲਾ ਕੋਈ ਰਾਹ ਹੈ ਨਹੀਂ ਇੱਧਰ ਦੀ। ਹਾਂ, ਘਰ ਦੇਖੋ ਜੀ, ਸਾਡੇ ਆਹ ਫੌਜੀ ਸਾਹਿਬ ਇੱਕ ਰਹਿੰਦੇ, ਵਿਚਾਰੇ ਆਸਾਮ 'ਚ ਸਰਵਿਸ ਕਰਦੇ ਆ, ਉਹਨਾਂ ਦੀ ਫੈਮਿਲੀ ਰਹਿ ਰਹੀ ਆ, ਬੱਚੇ ਸਵੇਰ ਨੂੰ ਸਕੂਲੇ ਜਾਂਦੇ, ਤਾਂ ਦੇਖੋ ਜੀ ਕਿੱਦਾਂ ਜਾਣਗੇ, ਕਿੱਥੇ ਪੈਰ ਰੱਖਣਗੇ, ਦੱਸੋ ਜੀ ਕਿੱਥੇ ਪੈਰ ਰੱਖ ਕੇ ਉਹ ਲੰਘਣਗੇ। ਇਹਦੇ ਘਰ ਦੇ ਚਾਰੋ ਪਾਸੇ ਪਾਣੀ ਪਾਣੀ ਹੋ ਗਿਆ। ਅਸੀਂ ਯਦਿ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਤੋ ਹਮਾਰੇ ਚੈਨਲ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇਂ। ਐਸੀ ਔਰ ਅਪਡੇਟਸ ਦੇਖਨੇ ਕੇ ਲੀਏ ਬੈਲ ਆਇਕਨ ਜ਼ਰੂਰ ਦਬਾਏਂ।